ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੁਕੀ ਹਾਂ ਅਤੇ ਮੈਂ ਆਨਲਾਈਨ ਕਿਸਾਨ ਕੇ ਮਨ ਕੀ ਬਾਤ ਚੈਲੰਜ ਐਕਸੈਪਟ ਕਰਦਾ ਮੈਨੂੰ ਇਹ ਚੈਲੰਜ ਕੀਤਾ ਹੈ ਮੇਰੇ ਦੋਸਤ ਬਜਿੰਦਰ ਸਿੰਘ ਨੇ ਨਿਊ ਜਰਸੀ ਤੋਂ ਕਿਸਾਨ ਦਾ ਮਨ ਅਜ ਜ਼ਰੂਰ ਕਹਿ ਰਿਹਾ ਹੋਵੇਗਾ ਕਿ ਸਰਦੀਆਂ ਚ ਪਾਲੇ ਚ ਕੱਕਰਾਂ ਚ ਠਰਦਿਆਂ ਬਲਦੀਆਂ ਰੁੱਤਾਂ ਦੇ ਵਿੱਚ ਧੁੱਪੇ ਸੜਦਿਆਂ ਮੈਂ ਹਮੇਸ਼ਾ ਫਖਰ ਮਹਿਸੂਸ ਕੀਤਾ ਜਦੋਂ ਸੁਣਿਆ ਜੈ ਜਵਾਨ ਜੈ ਕਿਸਾਨ ਮੌਕਾ ਮਿਲਦਿਆਂ ਹੀ ਮੈਂ ਬਾਰਡਰ ਦੇ ਉੱਤੇ ਇਸ ਮੁਲਕ ਲਈ ਮਰਨਾ ਵੀ ਆਪਣੀ ਸ਼ਾਨ ਸਮਝਿਆ ਪਰ ਅੱਜ ਆਪਣੇ ਹੱਕ ਦੀ ਆਵਾਜ਼ ਉਠਾਉਂਦਿਆਂ ਜੋ ਅਲੰਕਾਰ ਮੇਰੇ ਨਾਲ ਲੱਗੇ ਦੇਸ਼ਦਰੋਹੀ ਵੱਖਵਾਦੀ ਖਾਲਸਤਾਨੀ ਵਰਗਲਾਇਆ ਹੋਇਆ ਅਨਪੜ ਤੇ ਨਕਲੀ ਕਿਸਾਨ ਅੱਜ ਸੱਚ ਜਾਣਿਓ ਮੇਰਾ ਕਲੇਜਾ ਬਲੁੰਦ ਰਿਆ ਗਿਆ ਅਜੰਦਰੋਂ ਦੁਖੀਆਂ ਪਰੇਸ਼ਾਨ ਪਰ ਮੇਰੇ ਬਾਰੇ ਇਨਾ ਮਾੜਾ ਕਹਿਣ ਵਾਲਿਆਂ ਨੇ ਇਹ ਕੁਫਰ ਤੋਲਣ ਤੋਂ ਬਾਅਦ ਵੀ ਕੀ ਕਮਾਉਣਾ ਥੋੜਾ ਜ਼ਿਆਦਾ ਧਨ ਔਰ ਜ਼ਿਆਦਾ ਧਨ ਕਮਾ ਕੇ ਵੀ ਸ਼ਾਮ ਨੂੰ ਦੋ ਫੁਲਕੇ ਹੀ ਖਾਣੇ ਆ ਜਿਹੜੇ ਕਿਸਾਨ ਨੇ ਪੈਦਾ ਕੀਤੇ ਸੋਚਿਓ ਜ਼ਰੂਰ ਮੈਂ ਇਹ ਚੈਲੰਜ ਇੱਕ ਨੂੰ ਕਰਦਾ ਆਪਣੇ ਦੋਸਤ ਕਰਮਜੀਤ ਅਨਮੋਲ ਨੂੰ